ਚਿੱਤ ਕਵੀ ਚੋਰ ਹੁੰਦਾ ਹੈ, ਚਿੱਤ ਧੰਮ ਦਾ ਚੋਰ ਹੁੰਦਾ ਹੈ, ਚਿੱਤ ਮਨ ਦਾ ਚੋਰ ਹੈ ਤੇ ਚਿੱਤ ਮਾਨ ਦਾ ਚੋਰ ਹੈ। ਜੇ ਸ਼ਹੀਦਾਂ ਦਾ ਹੱਕ ਲੈ ਲਵੇ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ, ਤੇ ਮੇਰਾ ਆਪਦਾ ਕੰਮ ਹੈ ਅਮਰ ਛਕਾਉਣਾ, ਗੁਰੂ ਕੀ ਬਾਣੀ ਦਾ ਅਰਥ ਕਰਨੇ, ਨਾਲ ਜਾਣ ਗੁਰਬਾਣੀ ਪੜਾਉਣੀ। ਆਪ ਕਿੰਨੀ ਪੜੀ ਜਾਵੇ, ਮੈਂ ਪੜ੍ਹਦਾ ਸਤਿਗੁਰੂ ਜੀ ਨੇ ਕਿਰਪਾ ਕਰਕੇ ਪੜਾਉਂਦੇ ਆ, ਜੇ ਮੈਂ ਨੀ ਕਰ ਸਕਦਾ ਮੈਂ ਕਿੰਨੀ ਕੁ ਪੜ੍ਹਦਾ। ਸੋ ਹਿੰਦੂ ਪੱਕਾ ਹਿੰਦੂ ਬਣੇ, ਮੁਸਲਮਾਨ ਪੱਕਾ ਮੁਸਲਮਾਨ ਬਣੇ, ਸਿੱਖ ਪੱਕਾ ਸਿੱਖ ਬਣੇ, ਸਮੂਹ ਸਾਰਿਆਂ ਨੂੰ ਮਿਲਦੇ ਕਰਾਉਣੇ, ਸਿੱਖ ਘੋੜੇ ਤੇ ਨਹੀਂ ਚੜ ਸਕਦਾ, ਸਿੱਖ ਸਿਰ ਤੇ ਦਸਤਾਰ ਨਹੀਂ ਸਜਾ ਸਕਦਾ, ਸਿੱਖ ਘਰ ਤੇ ਭਾਂਡੇ ਵਿੱਚ ਲੰਗਰ ਪਾਣੀ ਨਹੀਂ ਖਾ ਪਕਾ ਸਕਦਾ, ਸਿੱਖ ਨਗਾਰਾ ਨਹੀਂ ਵਜਾ ਸਕਦਾ, ਸਿੱਖ ਨਿਸ਼ਾਨ ਨਹੀਂ ਚਲਾ ਸਕਦਾ, ਸਿੱਖ ਫੌਜ ਨਹੀਂ ਰੱਖ ਸਕਦਾ। ਇਹ ਸਾਰੀਆਂ ਜਗੀਰਾਂ ਜਹਾਂਗੀਰ ਨੇ ਸਿੱਖਾਂ ਦੇ ਗਲਾਂ ਵਿੱਚ ਪਾਈਆਂ ਹੋਈਆਂ ਸੀ, ਕੌਮ ਦੇ ਗਲ ਵਿੱਚ ਪਾਈ ਹੋਈ ਜਗੀਰੀ, ਪਰ ਇਹ ਜਗੀਰ ਨੂੰ ਤੋੜਨ ਵਾਸਤੇ ਮੇਰੀ ਪੀਰ ਦੇ ਮਾਲ ਕੱਲ ਚੰਦਰ ਸੂਰਮਾ ਪਰ ਜੋਰਾ ਬਾ ਪਰਮ ਕਾਲੀ ਜੀ ਨੇ ਮੇਰੀ ਜ਼ਿੰਦਗੀ ਵਿੱਚ ਜੋ ਤੱਕ ਸਵਾਸ ਹੈ ਇੰਦਰਾ ਸਿੱਧ ਕਰੇ ਉਹ ਹਿੱਤ ਲਿਖ ਲਿਖਣ ਵਾਸਤੇ ਮੈਂ ਕਾਗਜ਼ ਕਿੱਥੋਂ ਲਿਆ, ਦਿਨ ਕਿੱਥੋਂ ਲਿਆ, ਸਿਆਹੀ ਦਿਮਾਗ ਕਿੱਥੋਂ ਲਿਆ, ਸੀ ਬੀ ਆਈ ਉਦਾਰੇ ਦੀ ਪੜਤਾਲ ਤੇ, ਤੇ ਜੋ ਸਿੱਧ ਕਰਦੇ ਨੇ ਦਸਤਖਤ ਕੀਤੇ ਕਿਸੇ ਕਾਗਜ਼ ਉੱਪਰ ਕਿ ਬੰਦੇ ਮਾਰਨ ਵਾਸਤੇ ਨੇ ਦਸਤਖਤ ਕੀਤੇ ਹੈ, ਮੈਂ ਹਜ਼ੂਰ ਦੀ ਹਜ਼ੂਰ ਚ ਰੋਕ ਕੇ ਕਹਿ ਰਿਹਾ ਆਪਣਾ ਸਿਰ ਵਢਵਾ ਵੱਢ ਕੇ ਸੰਗਤਾਂ ਨੂੰ ਦੇ ਦੇਵਾਂਗਾ ਤੇ ਗੁਰੂ ਨਾਨਕ ਰਾਸਤ ਵਿੱਚੋਂ ਵੀ ਛੱਡ ਕੇ ਬਾਹਰ ਚਲਿਆ ਜਾਵਾਂਗਾ। ਪਰ ਉਹ ਸੱਚੇ ਸਬੂਤ ਦੇਵੇ ਕਿ ਜੇ ਸਬੂਤ ਨਹੀਂ ਪਰ ਕਿਤੇ ਗੈਰਤ ਹੈ ਉਸਨੂੰ ਕੋਈ ਸ਼ਰਮ ਹੈ ਥੋੜੀ ਘਣੀ ਤੇ ਉਹਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡ ਕੇ ਤੇ ਬਾਜ਼ਾਰਾਂ ਵਿੱਚ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਕਿ ਇਹ ਸਿੱਖ ਕੌਮ ਦੀ ਪੱਗ ਨੂੰ ਖਤਮ ਕਰਨ ਵਾਸਤੇ ਉਹ ਨਰੰਗੇ ਵਰਗੇ ਹੋ ਸਕਦੇ ਆ, ਅਖੀਰ ਉਹਨਾਂ ਨੂੰ ਚੀਕਾਂ ਲਾ ਕੇ ਤੋਂ ਨਿਕਲਣਾ ਪਿਆ ਸੀ, ਤੁਸੀਂ ਕਿਹੜੇ ਵਰਗ ਦੀ ਮੁੜੀ ਹੈ? ਜੇ ਮੈਂ ਪੁੱਛਣਾ ਚਾਹੁੰਦਾ ਵੀ ਹਜ਼ਾਰ ਖੁਸ਼ੀਆਂ ਕੋਲੇ ਹੁੰਦੇ ਆ ਕਿ ਮਰਦਾਂ ਕੋਲੇ? ਅਸੀਂ ਤੇਰੇ ਸਿੱਖ ਨੀ ਬੀਬੀ ਇੰਦਰਾ ਤੇ ਨਾ ਤੇਰੇ ਪਿਓ ਦੇ ਹੈ, ਅਸੀਂ ਸਿੱਖ ਹਾਂ ਮੀਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ। ਅਸੀਂ ਸਿੱਖ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ, ਸਾਡੇ ਪਿਤਾ ਦਾ ਹੁਕਮ ਹੈ ਬਿਨਾਂ ਸ਼ਾਸਤਰ ਕੀਰਤਨ ਨਰਨ ਭੇਡ ਜਾਣੋ। ਮਤਲਬ ਦੂਸਰੇ ਦਾ ਪੁੱਤ ਨਹੀਂ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤ ਹੈ। ਇਹੀ ਮੋਰ ਆ ਗਿਆ ਸੁਣੋ ਇਹ ਪਿਆਰੇ, ਬਿਨਾਂ ਸ਼ਾਸਤਰ ਕੀਰਤ ਸਿੰਘ ਨਾ ਦੇਵਾਂ ਜਦਾਰੇ। ਇਹ ਚੇਤਾ ਰੱਖ ਲਿਓ, ਇਸ ਹਰਿਮੰਦਰ ਸਾਹਿਬ ਦੀ ਇਬਾਦਤ ਚਾਹੇ ਕੋਈ ਤੀਜੀ ਹੈ, ਚਾਹੇ ਕੋਈ ਬੱਚਾ, ਚਾਹੇ ਗੁਰੂ ਦਾ ਕੋਈ ਸਿੰਘ ਹੈ, ਕੋਤਰਾ ਕੋਤਰਾ ਹੋ ਜਾਵੇਗਾ, ਪਰ ਹਰਿਮੰਦਰ ਸਾਹਿਬ ਦੀ ਬੇਅਦਬੀ ਨੂੰ ਕਦੇ ਬਰਦਾਸ਼ਤ ਨਹੀਂ ਕਰੇਗਾ। ਇਹ ਬਹਾਨਾ ਬਣਾਉਣ ਵਾਸਤੇ ਦਰਬਾਰ ਸਾਹਿਬ ਦੇ ਬਣਾਉਣ ਵਾਸਤੇ ਉਹ ਯਤਨ ਕਰ ਰਹੇ ਹੈ, ਕਦੇ ਕਿਸੇ ਸਿਪਾਹੀ ਮਾਰ ਦਿੱਤਾ, ਕਿਸੇ ਥਾਣੇਦਾਰ ਮਾਰ ਦਿੱਤਾ, ਕਦੇ ਕਿਸੇ ਮੰਦਿਰ ਦੇ ਵਿੱਚ ਬੰਬ ਸੁੱਟਾ ਦਿੱਤਾ। ਅੱਜ ਤਾਂ ਸਾਰਿਆਂ ਅਖਬਾਰਾਂ ਨੇ ਵੇਖਿਆ ਬੰਬ ਸੁੱਟਣ ਵਾਲਾ ਵੀ ਹਿੰਦੂ ਸੀ। ਇੱਕ ਪਾਸੇ ਕਹਿੰਦੇ ਹਿੰਦੂਆਂ ਦਾ ਵੈਰੀ ਹੈ ਕਿ ਜਿਹੜੇ ਹਿੰਦੂ ਨੇ ਸਿੱਖਿਆ ਤੇ ਸਿੱਖਾਂ ਨੂੰ ਕਹਿੰਦੇ ਅੱਤਵਾਦੀ, ਉਹ ਕਿੰਨਾ ਸੁਣੋਗੇ ਹੁਣ ਕੀ ਲੈਣਾ ਦੱਸਣਾ ਕਿ ਤੁਸੀਂ ਬਚਾਓ ਤੇ ਚੰਗਾ ਦੋਸਤ ਵਾਲਿਓ, ਮੈਂ ਤੁਹਾਨੂੰ ਵਾਰਨਿੰਗ ਦੇਣੀ ਚਾਹੁੰਦਾ, ਕਿਸੇ ਹਰਿਮੰਦਰ ਸਾਹਿਬ ਦੀ ਹਜ਼ੂਰ ਦੇ ਅੰਦਰ ਕੁਰਸੀ ਦਾ ਕੋਈ ਵੀ ਲਾਲਚੀ ਆ ਕੇ ਧੂੰਓ ਚੋਰੀ ਕਰਕੇ ਆਪਣੀ ਬੰਦੂਕ ਦੀ ਨੋਕ ਨਾਲ ਸਿੱਖ ਕੌਮ ਨੂੰ ਮੁਕਾਉਣ ਦਾ ਕੋਈ ਯਤਨ ਕਰੇਗਾ, ਉਸ ਦਿਨ ਪਿੰਡਾਂ ਦੇ ਵਿੱਚ ਕਿਸੇ ਵੀ ਸਿੰਘ ਦੀ ਢਿੱਲ ਨਹੀਂ ਕਰਨਗੇ। ਸ਼ਾਂਤੀ ਰੱਖਣੀ ਹੈ, ਨਾ ਸ਼ਾਂਤੀ ਰਹਾਂਗੀ ਨਹੀਂ ਹੈ। ਤੋ ਹਥਿਆਰ ਰੱਖ ਕੇ ਕਿਸੇ ਮਕੂਮ ਨੂੰ ਮਾਰਨਾ, ਕਿਸੇ ਦਾ ਘਰ ਲੁੱਟਣਾ, ਕਿਸੇ ਦੀ ਸਿਹਤ ਲੁੱਟਣੀ, ਕਿਸੇ ਤੇ ਅੱਤਿਆਚਾਰ ਕਰਨਾ, ਇਹ ਸਿੱਖ ਵਾਸਤੇ ਪਾਪ ਹੈ। ਪਰ ਹਥਿਆਰ ਰੱਖ ਕੇ ਤੇ ਆਪਣੇ ਧਰਮ ਦੀ ਰਾਖੀ ਨਾ ਕਰਨੀ, ਇਹ ਤੋਂ ਵੱਡਾ ਪਾਪ ਸਿੱਖ ਵਾਸਤੇ ਕੋਈ ਨਹੀਂ। ਜਿਵੇਂ ਮੁਸਲਮਾਨ ਵਾਸਤੇ ਮੱਕੇ ਤੋਂ ਪਰੇ ਉਜਾੜ ਹੈ, ਇਸੇ ਤਰ੍ਹਾਂ ਗੁਰੂ ਕੇ ਸਿੱਖ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਪਰੇ ਸਭ ਕੁਝ ਉਜਾੜ ਹੀ ਉਜਾੜ ਹੈ। ਜੇ ਕੋਈ ਸਿੰਘ ਸਿੰਘ ਨੂੰ ਸਿੱਖ ਸਿੱਖ ਨੂੰ ਇੱਕ ਦੂਜੇ ਨੂੰ ਕੋਈ ਗਾਲ ਕੱਢਦਾ ਹੈ, ਉਹਨੂੰ ਗਾਲ ਦਾ ਜਵਾਬ ਗਾਲ ਇਸ ਤਰ੍ਹਾਂ ਦੇਵੋ, ਉਹਨੂੰ ਇਹ ਕਹਿ ਕੇ ਗੁਰਮੁਖਾਂ ਦੋ ਹੋਰ ਕੱਢ ਲੈ। ਜੇ ਤੇਰਾ ਪੇਸ਼ ਗਾਲ ਨਾਲ ਪੜਦਾ, ਮੰਦ ਭਾਸ਼ਾ ਨਾਲ ਪੜਦਾ, ਦੋ ਚੀਜ਼ਾਂ ਹੋਰ ਕਹਿ ਲੈ। ਜੇ ਸਿੱਖ ਸਿੱਖ ਦੇ ਮੂੰਹ ਤੇ ਚਪੇੜ ਮਾਰਦਾ, ਉਹਦੇ ਅੱਗੇ ਮੂੰਹ ਪੜ ਜਾਣ ਤਾਂ ਦੋ ਹੋਰ ਮਾਰ ਲਾ, ਪਰ ਨਰਕ ਧਾਰੀ ਅੱਗੇ ਨਾ ਕਰਦੇ ਹੋ, ਜਾਂ ਪੁਲਿਸ ਵਾਲੇ ਅੱਗੇ ਨਹੀਂ ਸਿੱਖ ਸਿੱਖ ਅੱਗੇ ਕਰੇ, ਉਹਨੂੰ ਤਾਂ ਹੋਰ ਮਾਰ ਲੈ। ਜ਼ਰੂਰਤ ਨੀ ਪਵੇਗੀ ਕਿ ਇੱਕ ਮੇਰਾ ਕੋਈ ਕੌੜਾ ਬੱਚਨ ਕਹੇ ਤੇ ਉਹਨੂੰ ਕਰੀਏ ਭਰਾਵਾ ਦੋ ਹੋਰ ਚੱਲ,
ਉਹਦਾ ਸ਼ਰਮ ਨਾਲ ਆਪਣੇ ਆਪ ਹੀ ਸਿਰ ਹੋ ਜਾਵੇਗਾ। ਜੇ ਕੋਈ ਹਕੂਮਤ ਦੇ ਨਸ਼ੇ ਵਿੱਚ ਆਵੇਗਾ ਤੇ ਗੱਲ ਤੇ ਚੂੜੀਆਂ ਤੇ ਬੰਗਾਂ ਨੀ ਪਾਈਆਂ ਹੋਈਆਂ, ਫੁੱਤਰੇ ਬਣ ਕੇ ਸਰੀਰ ਬਣ ਕੇ ਕੱਟੀ ਜਾਵਾਂਗੇ। ਪੁੱਤਰਾਂ ਦੇ ਬਾਲੀ ਨੇ ਸਵਾ ਸਵਾ ਲੱਖ ਨਾਲ ਚਿੱਤੂ ਲੜਾਇਆ ਹੈ। ਉਹ ਕਹਿਣ ਲੱਗੇ ਜੀ ਤੁਸੀਂ ਸੰਤ ਹੋ, ਨਕਲੀ ਨੇ ਸਿੰਘ ਹੈ, ਕਹਿੰਦੇ ਲੋਕੀ ਤੁਹਾਨੂੰ ਸੰਤ ਕਹਿੰਦੇ ਆ। ਮੈਂ ਕਿ ਸੰਗਤਾਂ ਨੂੰ ਪੁੱਛੋ, ਕਹਿੰਦੇ ਜੀ ਸੰਤਾਂ ਕਿਹੜੇ ਹਥਿਆਰ ਨੀ ਹੋਇਆ ਕਰਦੇ, ਤੁਸੀਂ ਹਥਿਆਰ ਕਿਉਂ ਰੱਖੇ ਹੈ। ਦਾਸ ਨੇ ਉੱਤਰ ਦਿੱਤਾ ਸੀ ਕਿ ਮੈਂ ਖੁਸਰਾ ਨਹੀਂ ਹੈ ਤੇ ਮੈਂ ਖੁਸਰੇ ਦਾ ਪੁੱਤ, ਮੇਰਾ ਪਿਤਾ ਮਰਦ ਹੈ, ਭਾਈ ਗੁਰਦਾਸ ਜੀ ਨੇ ਲਿਖਿਆ ਮੈਂ ਪਰਗ ਕੇ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸਾਡੀ ਖੜਕਦੀ ਆ ਜਿਹੜਾ ਸਾਡੀਆਂ ਭੈਣਾਂ ਨੂੰ ਨੰਗਿਆ ਕਰਦਾ ਉਹਨਾਂ ਨਾਲ, ਸਾਡੀ ਖੜਕਦੀ ਆ ਜਿਹੜਾ ਸਾਡੀਆਂ ਭੈਣਾਂ ਦੀ ਕਿਰਤ ਲੁੱਟਦਾ ਉਹਨਾਂ ਨਾਲ, ਸਾਡੀ ਖੜਕਦੀ ਆ ਜਿਹੜਾ ਸਤਿਗੁਰੂ ਗ੍ਰੰਥਾਂ ਦੀ ਜੱਜ ਵੀ ਕਰਦਾ, ਇਹ ਖੜਕਦੀ ਰਹਿਣੀ ਹੈ। ਇਹਨੂੰ ਕੋਈ ਦੁਨੀਆ ਦੀ ਤਾਕਤ ਵੇਖ ਨਹੀਂ ਸਕੇਗੀ ਜਦੋਂ ਤੱਕ ਇਹ ਕੰਮ ਬੰਦ ਨਹੀਂ ਕਰ ਦੇਗੇ। ਮੈਂ ਆਪਣੀ ਜ਼ਿੰਦਗੀ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ, MLA, ਵਜ਼ੀਰ, ਕਿਸੇ ਵੀ ਕੰਮ ਵਿੱਚ ਮੈਂ ਆਪਣੀ ਜ਼ਿੰਦਗੀ ਵਿੱਚ ਬਣਿਆ ਤੇ ਤੁਸੀਂ ਮੈਨੂੰ ਇਹਨਾਂ ਪੋਸਟਾਂ ਤੇ ਬੈਠੇ ਨੂੰ ਵੇਖ ਲਿਆ, ਜੁੱਤੀਆਂ ਧਰਾਦੀਆਂ ਹੋਣਗੀਆਂ ਤੇ ਫਿਰ ਮੇਰਾ ਹੋਵੇਗਾ। ਜਿਹੜੀ ਪਿੰਡਾਂ ਚ ਰਹਿਣ ਵਾਲੀ ਸੰਗਤ ਹੈ ਉਹਨਾਂ ਨੂੰ ਬੇਨਤੀ ਜ਼ਰੂਰ ਕਰਾਂਗਾ, ਸਾਰੇ ਨੌਜਵਾਨ ਪਿਆਰ ਪ੍ਰਚਾਰ ਹੋਵੋ। ਹਿੰਦੂ ਸਿੱਖ ਦਾ ਪਸਾਰ ਕਰਾਉਣ ਵਾਸਤੇ ਗੌਰਮੈਂਟ ਜ਼ੋਰ ਲਾਉਂਦੀ ਹੈ, ਉਹ ਤੋਂ ਬਚੋ ਜਿੰਨਾ ਚਿਰ ਬਚੀ ਦਾ। ਪਰ ਜੇ ਹਿੰਦੂਆਂ ਨੇ ਵੀ ਉਹ ਗੌਰਮੈਂਟ ਦੀ ਬੇੜੀ ਤੇ ਚੜ ਕੇ ਸਿੱਖਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਸਿੱਖਾਂ ਦੀ ਪੱਗ ਲਾਉਣੀ ਸ਼ੁਰੂ ਕੀਤੀ, ਤੇ ਫਿਰ ਆਪਾਂ ਆਪਣੀ ਪੱਗ ਨੂੰ ਬਚਾਉਣ ਵਾਸਤੇ ਜੋ ਜਫਰ ਖਾਲਸਾ ਪਿੱਛੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਰਾਹ ਤੇ ਚੱਲ ਕੇ ਚੜਦਾ ਆਇਆ ਹੈ ਉਹ ਅਵਚਾਰ ਕਰਨਾ ਪਵੇਗਾ। ਪਰ ਆਪਾਂ ਅਵਚਾਰ ਉਦੋਂ ਕਰਨਾ ਜਦੋਂ ਆਪਾਂ ਨੂੰ ਮੱਲੋ ਮੱਲੀ ਤੋੜਨਗੇ ਉਸ ਪਾਸੇ। ਸ਼ਾਸਤਰਧਾਰੀ ਹੋਵੋ, ਕਈ ਕੌਂਡੇ ਜੀ ਸ਼ਾਸਤਰਾਂ ਦੇ ਲਾਇਸੈਂਸ ਨਹੀਂ ਬਣਦੇ, ਜੇ 230 ਬੰਬ ਕੌਣ ਕੁਮਾਰ ਰੱਖ ਸਕਦਾ ਤੇ ਤੁਹਾਨੂੰ ਲਾਇਸੈਂਸਾਂ ਦੀ ਬਹੁਤੀ ਲੋੜ ਹੈ। ਕਿਰਪਾਨਾ ਪਵਾ ਕੇ ਤੇ ਸ਼ਹਿਰੇ ਪਾ ਕੇ ਆਪਣੇ ਵਿੱਚ ਮਸੂਕੀਆਂ ਪੈਦਾ ਕਰਕੇ ਤੇ ਮੁੜ ਕੇ ਆਪਣੇ ਆਪ ਨੂੰ ਬਾਜਾਂ ਵਾਲਾ ਪਵਾਵੇ। ਪੁੱਤਰਾਂ ਦੇ ਦਾਨੀ ਪਤਨੇ ਜੁਰ ਕਿਹੜੇ ਪਾਲੇ ਪੰਜਾਬ ਦੇ ਵਿੱਚ ਬਾਜਾਂ ਵਾਲਾ ਖਾਉਂਦੇ। ਅਸੀਂ 1947 ਵਿੱਚ ਟੋਟੀ ਤੇ ਜਨੇਊ ਨੂੰ ਯਾਦ ਕਰਵਾਇਆ, ਹੁਣ ਅਸੀਂ ਆਪਣੀ ਪੱਗ ਯਾਦ ਕਰਾਉਣੀ ਹੈ ਤੇ ਗੁਲਾਮੀ ਦਾ ਥੱਲੇ ਨਹੀਂ ਰਹਿਣ ਦੇਣੀ। ਆਪਣੇ ਘਰ ਵਾਲੀ ਤੋੜ ਵਿਖਾਈ ਹੈ, ਇੱਕ ਪਾਸੇ ਕਹਿੰਦਾ ਮੈਂ ਅੰਮ੍ਰਿਤ ਛਕਾਉਂਦਾ, ਮੈਂ ਸਿੰਘ ਸਜਾਉਂਦਾ, ਜੋ ਪਤਾ ਨੀ ਕਿੱਥੋਂ ਕੋਈ ਲਗਰ ਜਾ ਜਿਹੜਾ ਚਿੜੀਆਂ ਮਟੀਰੀਆਂ ਨੂੰ ਫੜਦਾ ਉਹ ਲਿਆ ਕੇ ਪਕੜ ਕੇ ਆਪਣੇ ਘਰ ਵਾਲੀ ਦੇ ਸਿਰ ਤੇ ਬਿਠਾ ਦਿੱਤਾ ਤੇ ਕੋਲ ਆਪ ਬੈਠਾ ਤੇ ਕਹਿੰਦਾ ਮੈਂ ਹੀ ਬਾਜਾਂ ਵਾਲਾ, ਕੱਲ ਮੇਰੇ ਘਰ ਵਾਲੀ ਦੇ ਸਿਰ ਤੇ ਬਾਜ ਬੈਠਾ। ਅੱਗੇ ਬਾਜਾਂ ਵਾਲੇ ਦੇ ਹੱਥ ਤੇ ਬਹਿੰਦੇ ਸੀ, ਹੁਣ ਤੇ ਘਰ ਵਾਲੀ ਜਿਹੜੀ ਆ ਉਹ ਨੀਚੋਂ ਲੈ ਕੇ ਬਹਿਣ ਲੱਗ ਗਏ। ਸਤਿਪੜਾ ਕਿਰਪਾਨ ਤੇ ਜੋ ਪਾਕਿਸਤਾਨ ਦੁੱਖੀ ਪੁੱਤੀ ਬਹਿ ਨੀ ਜਾਣੀ, ਸਿਰ ਤੇ ਤਗੜੀ ਰਹਿ ਨੀ ਜਾਣੀ। ਹਿੰਦੂ ਇਹ ਨਾਰਾ ਲਾ ਕੇ ਵਿੱਚ ਦੇਸ਼ ਭਗਤੀ ਹੈ, ਜਦੋਂ ਜੱਗ ਦਾ ਪੁੱਤ ਕਸੋਲ ਕੇ ਖੜੋ ਤੇ ਕਹਿ ਦੇਵੇ ਕਿ ਆਪਣੇ ਭਰਾਵਾਂ ਦਾ ਹੱਕ ਲੈਣਾ ਹੈ ਉਹ ਦੁਖੀ ਹੈ, ਇਹ ਗੁਲਾਮੀ ਦਾ ਥੱਲੇ ਨਹੀਂ ਰਹਿਣ ਦੇਣੀ।